ਹਾਂਜੀ ਬਈ ਕੀ ਹਾਲ ਚਾਲਾ ਲਓ ਜੀ ਲੈ ਕੇ ਆ ਚੁੱਕਾ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਤੇ ਲਾਸਟ ਵੀਡੀਓ ਬਈ ਤੁਸੀਂ ਦੇਖੀ ਹੋਣੀ ਆ ਨਹੀਂ ਦੇਖੀ ਨਾ ਮੈਨੂੰ ਪਤਾ ਸੀਗਾ ਚੱਲ ਕੋਈ ਗੱਲ ਨਹੀਂ ਹੁਣ ਦੇਖ ਲਿਓ ਦੁਬਾਰਾ ਠੀਕ ਐ ਜਾਂ ਪਹਿਲਾਂ ਦੇਖ ਲਓ ਫਿਰ ਤੁਹਾਨੂੰ ਇਹ ਸਮਝ ਆ ਜੂਗੀ ਤੇ ਲਾਸਟ ਵੀਡੀਓ ਜੇ ਆਪਾਂ ਲਿਆਂਦਾ ਸੀ ਬਈ ਆਹ ਟਰੈਕਟਰ ਆਪਣਾ ਜਿਹੜਾ ਹੈਗਾਗਾ ਸਵਰਾਜ 963 FE 4x4 ਇਹ ਆਹ ਟਰਾਲੀ ਲੈਂਦੀ ਸੀ ਇੱਕ ਬਾਈ ਖੜੀ ਆਪਣੀ ਪਰਲੇ ਪਾਸੇ ਟਰਾਲੀ ਜਿਹੜੀ ਸਿੰਗਲ ਹਿੱਸੇ ਵਾਲੀ ਆ ਇਹ ਕਾਹ ਲੈਂਦੀ ਸੀ ਅਰਜਨ ਆਪਣਾ ਕੋ ਪਹਿਲਾਂ ਸੀਗਾ ਠੀਕ ਐ ਦੋ ਟਾਲ ਲੈਣੇ ਇੱਕ ਨਵਾਂ ਰੈਕਟਰ ਲੈਂਦਾ ਸੀ ਕਹਦੇ ਅਸਲ ਲੈਂਦੇ ਬਈ ਮੱਕੀ ਆਸਤੇ ਮੱਕੀ ਦਾ ਪਾਉਣਾ ਆਪਾਂ 4 ਠੀਕ ਐ ਤੇ ਅੱਜ ਬਈ ਲੈਣ ਚੱਲੇ ਆਪਾਂ ਬਈ ਮੱਕੀ ਵਾਲੀ ਮਸ਼ੀਨ ਤੇ ਸੈਕੰਡ ਹੈਂਡ ਮਸ਼ੀਨ ਹੀ 10 ਪਈ ਸੀ ਨਵੀਂ ਆਪਾਂ ਨਹੀਂ ਲੈਂਦੇ ਕਿਉਂਕਿ ਪੈਸੇ ਪਹਿਲਾਂ ਬਾੜੇ ਲਾ ਚੁੱਕੇ ਆ ਤੇ ਬਈ ਹੁਣ ਰੱਖਾਂਗੇ ਆਪਾਂ ਪਸੂ-ਪਸੂ ਠੀਕ ਐ ਪਸੂ-ਪਸੂ ਇਹ ਵੀ ਠੀਕ ਐ ਤੇ ਤੂੜੀ ਆਪਾਂ ਬਨਾਲੀ ਸੀਗੀ 4 ਹੁਣ ਪਾ ਲਾਂਗੇ ਆਪਾਂ ਮੱਕੀ ਦਾ ਤੇ ਪਸ਼ੂ ਤੋਂ ਬਾਅਦ ਰੱਖਾਂਗੇ ਆਪਾਂ ਠੀਕ ਐ ਪਹਿਲਾਂ ਸਾਰਾ ਬੰਦੋਬਸਤ ਕਰਕੇ ਐਵੇਂ ਬਚ ਕੇ ਤਾਂ ਘਾਟਾ ਪੈ ਜਾਏ ਗਾਈਆਂ ਭੁੱਖ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਅੱਜ ਦਾ ਵੀਡੀਓ ਦਾ ਲਾਈਕ ਇਹ ਰੱਖਦੇ ਆਂ ਬਈ ਆਪਾਂ 20 ਲਾਈਕ ਠੀਕ ਐ ਤੁਸੀਂ ਉਮੀਦ ਕਰਦਾ ਵੀ ਕਰ ਦੋਗੇ ਲਾਸਟ ਵੀਡੀਓ ਆਪਾਂ 50 ਰੱਖ ਦਿੱਤਾ ਸੀ ਉਹ ਕਿਹਾ ਗਿਆ ਗਲਤੀ ਨਾਲ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਈ ਆਪਾਂ 20 ਲਾਈਕ ਦਾ ਇਹ ਰੱਖਦੇ ਆਂ 20 ਲਾਈਕ ਮੇਰੇ ਨਾਲ ਤੁਸੀਂ ਕਰ ਦੋਗੇ ਬਾਕੀ ਕਮੈਂਟ ਕਰਕੇ ਜੁੱਦ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਹਾਂ ਪਰ ਹੁਣ ਆਪਾਂ ਚਾਲਦੇ ਆਂ ਬਈ ਆਪਣੀ ਜਿਹੜੀ ਹੈਗੀ ਆ ਮਸ਼ੀਨ ਲੈ ਤਾਂ ਮਸ਼ੀਨ ਆਪਾਂ ਲੈ ਕੇ ਆਵਾਂਗੇ ਬਈ ਆਪਣੇ 45 11 ਨਾਲ ਕਿਉਂਕਿ ਇਹ ਚਲਾਇਆ ਨਹੀਂ ਆ ਪਾਸਟ ਵੀਡੀਓ ਚ ਤੇ ਅੱਜ ਆਪਾਂ ਇਹਨੂੰ ਕੱਢਦੇ ਆਂ ਉਹ ਆਪਣਾ ਜਿਹੜਾ ਹੈਗਾ ਹੈਗਾ ਸ਼ੈੱਡ ਜਾਂ ਸ਼ੈੱਡ ਨਹੀਂ ਮਤਲਬ ਚਾਰ ਦੁਵਾਰੀ ਜੀ ਉਹ ਵੀ ਕਰ ਦਾਂਗੇ ਆਪਾਂ ਠੀਕ ਹੈ। ਲਓ ਬਈ ਲੋ ਪਹਿਲਾਂ ਆਪਾਂ ਉਹਨੂੰ ਨਾ ਸੈੱਟ ਕਰ ਲ ਗਏ ਛਤਰੀ ਥੋੜੀ ਲੱਗਦੀ ਨਾਲ ਇਹਦੀ ਚਰ ਕੋਈ ਚੱਕਰ ਵਾਲੀ ਵਾਲ ਨਹੀਂ। ਪਹਿਲਾਂ ਆਪਾਂ ਕਾਹੇ ਕਰਦੇ ਆਂ ਬਈ ਟਰੈਕਟਰ ਨੂੰ ਕੱਢਦੇ ਆਂ ਬਾਹਰ ਆਪਣੇ ਨੂੰ ਠੀਕ ਹੈ ਆਹ ਟਰੈਕਟਰ ਨੂੰ ਇੱਥੇ ਖੜੇ ਰਹਿਣ ਦਿੰਦੇ ਨੇ ਕਿਉਂਕਿ ਇਹਨਾਂ ਦੀ ਹੁਣ ਲੋਡ ਪੈਣੀ ਆਪਾਂ ਨੂੰ। ਤਾਂ ਹੁਣ ਆਪਾਂ ਕੀ ਕਰਗੇ ਬਈ ਜਿਹੜਾ ਆਪਣਾ ਹੈਗਾ ਚਾਰ ਦੁਵਾਰੀ ਉਹਨੂੰ ਕਰਗੇ ਪਹਿਲਾਂ ਤਾਂ। ਲਓ ਬਈ ਲੋ ਆਪਾਂ ਮੈਂ ਬਾਹਰ ਲੈ ਚੱਲ ਗਿਆ ਟਰੈਕਟਰ ਜਿ세 ਉਹ ਚਾਰ ਦੁਵਾਰੀ ਤੇ ਮੋੜ ਦਈਏ ਆਪਾਂ ਹੁਣ ਇਧਰ ਨੂੰ ਹੌਲ ਹੌਲ ਆਪਣੇ ਸਾਰੇ ਪਏ ਐ ਇਥੇ ਲਾ ਕੇ ਧੋ ਕੇ ਸਾਰਾ ਸੈੱਟ ਕਰਤਾ ਸਿਸਟਮ ਜਦੋਂ ਝੋਨਾ ਲਾਉਣ ਲੱਗਾਂਗੇ ਉਦੋਂ ਛੇੜਾਂਗੇ ਇਹਨਾਂ ਨੂੰ ਠੀਕ ਐ ਲਓ ਬਈ ਆ ਹੈਗਾ ਆਪਣਾ ਬਈ ਬਾਹਰਲਾ ਵਾੜਾ ਠੀਕ ਐ ਇਹ ਚੀਜ਼ ਵਾਗਾ ਜੂਗਾ ਪਏ ਆਪਣਾ ਢੀ ਅੰਦਰ ਵੜਦਾ ਨਹੀਂ ਸਵਾਗਾ ਚੌੜਾ ਸੀ ਮਿੱਤਰੋ ਤੇ ਹੁਣ ਆਪਾਂ ਕੀ ਕਰ ਗਏ ਮਿੱਤਰੋ ਇੱਥੇ ਲਾ ਦੀਏ ਆਪਣੇ ਇਹਨੂੰ ਟਰੈਕਟਰ ਨੂੰ ਲਓ ਜੀ ਟਰੈਕਟਰ ਸਟਾਰਟ ਹੀ ਖੜਾ ਰਹਿੰਦਾ ਇਹਨੇ ਗਰਮ ਹੋ ਜੂਰੇ ਨਾ ਤੇ ਆ ਬਈ ਟੁੜੀ ਪਾਦੀ ਜੇ ਆਪਾਂ ਸ਼ੈੱਡ 'ਚ ਠੀਕ ਐ ਤੇ ਹੁਣ ਆਪਾਂ ਬਈ ਆਪਣੇ ਕੋਲੇ ਆ ਹੈਗਾ ਪਲਾਟ ਇ ਜਿਹੜਾ ਆਪਣਾ ਨਾਲ ਵਾਲਾ ਹੈਗਾ ਆਹ 4 ਨੰਬਰ ਵਨ ਇਹ ਵੀ ਆਪਣਾ ਹੀ ਆ ਠੀਕ ਹੈ ਇਥੇ ਪਸੂ-ਪਸੂ ਰੱਖ ਲਾਂਗੇ ਆਪਾਂ ਜਿਹੜਾ ਜਿਹੜਾ ਆਪਾਂ ਮੱਕੀ ਦਾ ਚਾਰ ਪਾਉਣਾ ਬਈ ਉਹਦੇ ਵਾਸਤੇ ਬੈਨੇ ਯਾਰ ਕਿੱਥੇ ਸਿਸਟਮ ਸੈੱਟ ਆਉਂਦਾ ਠੀਕ ਆ ਤਾਂ ਆਪਾਂ ਲੰਮਾ ਜਾਂਦਾ ਸਿਸਟਮ ਮੇਰੇ ਹਿਸਾਬ ਨਾਲ ਯਾਰ ਇਧਰ ਨੂੰ ਕਰਕੇ ਮੂੰਹ ਲਾ ਦਈਏ ਆਪਾਂ ਉਹਦਾ ਜੀ ਐਂਜਨ ਨੂੰ ਕਰਕੇ ਨਾ ਐਂਜਨ ਨੂੰ ਕਰਕੇ ਇਹ ਐਸ ਲੋਡਾਂ ਸਿੱਧਾ ਚਲੋ ਆਪਾਂ ਦੇਖਦੇ ਆਂ ਲਾ ਕੇ ਫਿਰ ਤੁਹਾਨੂੰ ਦਿਖਾਉਨੇ ਆਂ ਪਰ ਲਓ ਵੀ ਮਿੱਤਰੋ ਆਪਾਂ ਜਿਹੜੇ ਦੋ ਹੈਗੇ ਆਗੇ ਆਹ ਖਾਨੇ ਜਿ ਬਣਾਤੇ ਠੀਕ ਹੈ ਇਹਦੇ ਵਿੱਚ ਆਪਾਂ ਲਿਆ ਕੇ ਮੱਕੀ ਸੱਟ ਲਾਂਗੇ ਜੇ ਆ ਹੁਣ ਆਪਾਂ ਚੱਲਦੇ ਆਂ ਮਿੱਤਰੋ ਆਪਣੀ ਮਸ਼ੀਨ ਲੈਣ ਤਾਂ ਚਲੋ ਵੀ ਚਲ ਗਏ ਕਹਿੰਦੇ ਦਿਖਾਉਣਾ ਤੁਹਾਨੂੰ ਮਸ਼ੀਨ ਕਿੰਨੀ ਘੈਂਟ ਹੈ ਇਹ ਥੋੜੀ ਲਿਆਉਣੀ ਔਖੀ ਬਊ ਬਈ ਪਹਿਲਾਂ ਆਪਾਂ ਇੱਕ ਕਰੀ ਜਾ ਕੇ ਦੇਖ ਕੇ ਆ ਚੁੱਕੇ ਆ ਤਾਂ ਉਹ ਹੋ ਗਈ ਥੋੜੀ ਜਿਹੀ ਵਾਈਡ ਬਾਕੀ ਤੁਹਾਨੂੰ ਉੱਥੇ ਜਾ ਕੇ ਸਾਰਾ ਕੁਝ ਪਤਾ ਲੱਗ ਜੂ ਤੁਸੀਂ ਥੰਬਨੇਲ ਵਗੈਰਾ ਦੇਖ ਲਿਓ ਨਾ ਤੁਸੀਂ ਪੜ੍ਹੇ ਆਂ ਬਈ ਬੰਦੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਆਪਾਂ ਚੱਲਦੇ ਆਂ ਮਿੱਤਰੋ ਉੱਥੇ ਲੈ ਕੇ ਤੁਹਾਨੂੰ ਤੇ ਫਿਰ ਦਿਖਾਉਨੇ ਆਂ ਕਹਿੰਦੇ ਕੀ ਤੇ ਕੀ ਪਿਆ ਲਓ ਜੀ ਕਹਿੰਦੇ ਇਹ 45 11 ਦੇ ਵੇਚ ਚੁੱਕੇ ਆ ਮਿੱਤਰੋ 45 ਗ੍ਰਾਮੀ ਆਪਣ ਦਾ ਆਈਡੀ ਹੈਗੀ ਆ ਪਹਿਲੀ ਪ੍ਰੈਫਰੈਂਸ ਆਪਣੀ ਇਹ ਹੈ ਇਹਦੇ ਨਾਲ ਵੀ ਟਰਾਈ ਕਰਾਂਗੇ ਆਪਾਂ ਤਿੰਨੇ ਟਰੈਕਟਰ ਹੀ ਲੈ ਕੇ ਚੱਲਾਂਗੇ ਆਪਣੇ ਬਾਈ ਮਸ਼ੀਨ ਮਸ਼ੂਨ ਪਾ ਕੇ ਟਰਾਲੀਆਂ ਟੋਲੀਆਂ ਖਿੱਚਾ ਕੇ ਫੇਰ ਦੇਖਾਂਗੇ ਵੀ ਕੀ ਤਿਆਰਪੇ ਹੁੰਦੇ ਕਹਿੰਦੇ ਮੱਕੀ ਤੁਹਾਨੂੰ ਪਤਾ ਵੀ ਮੱਕੀ ਜਿਆਦਾ ਤਿਆਰਪੇ ਹੁੰਦੇ ਹੁੰਦੇ ਆ ਉਹੀ ਤਿਆਰਪੇ ਆਪਾਂ ਮਿੱਤਰੋ ਕਰਨੇ ਆ ਠੀਕ ਹੈ ਲਓ ਬਈ ਲਓ ਕਹਿੰਦੇ ਖਿੱਚ ਦੀਏ ਟਰੈਕਟਰ ਆਪਣਾ ਬਾਹਲੀ ਦੇਰ ਨਾ ਕਰੀਏ ਵੀਡੀਓ ਲੰਬੀਆਂ ਹੋ ਜਾਂਦੀਆਂ ਫਿਰ ਮੁੰਡੇ ਦੇਖਦੇ ਨਹੀਂ ਕਹਿੰਦੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਮਰਜ਼ੀ ਆ ਤੁਹਾਡੀ ਸਾਡਾ ਕਹਿਣਾ ਤਾਂ ਮੁੰਡੇ ਫਰਜੀ ਆ ਚਲੋ ਜੀ ਫੈਂਟ ਦੀ ਕਹਿੰਦੇ ਫੈਂਟ ਦੀ ਫੈਂਟ ਦੀ ਟਰੈਕਟਰ ਹੀ ਥੋੜੀ ਐ ਇਹ ਟਰੈਕਟਰ ਆ ਮਿੱਤਰੋ ਟਰੈਕਟਰ ਕਹਿੰਦੇ ਬਈ ਬਾਕੀ ਤੁਸੀਂ ਦੱਸਿਆ ਕਰੋ ਯਾਰ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆਂਦੇ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਨੂੰ ਵੀ ਥੋੜੀ ਬਹੁਤੀ ਮੋਟੀਵੇਸ਼ਨ ਜੀ ਮਿਲ ਸਕੇ ਬਈ ਹਾਂ ਵੀ ਆਪਾਂ ਇਹ ਚੀਜ਼ ਕਰਨੀ ਹੈ ਜੇ ਤੁਸੀਂ ਬਈ ਕਮੈਂਟ ਨਹੀਂ ਨਾ ਕਰਦੇ ਉਦੋਂ ਫਿਰ ਬੰਦੇ ਦਾ ਹੌਸਲਾ ਟੁੱਟਦਾ ਉਹ ਹੌਸਲਾ ਬਣਾਈ ਰੱਖੋ ਮੇਰੇ ਵੀਰ ਇਹ ਦੇਖੀ ਕਿਹਦੇ ਕੀ ਟਰੈਕਟਰੀ ਟੁੱਟ ਗਿਆ ਸੀਗਾ ਚਲੋ ਕੋਈ ਚੱਕ ਕਰਨੀ ਇਹ 45 11 ਇਹ ਤਾਂ ਐ ਨਹੀਂ ਜਾਂਦਾ ਲਓ ਬਈ ਕਹਿੰਦੇ ਮੱਕੀ ਜੀ ਆ ਚੁੱਕੀ ਐ ਛੇ ਅਰੇ ਪਾਸੇ ਮੱਕੀ ਮੱਕੀ ਹੋਈ ਪਈ ਆ ਕਹਿੰਦੇ ਮੱਕੀ ਦਾ ਸੀਜ਼ਨ ਚੱਲ ਪਿਆ ਮਿੱਤਰੋ ਮੱਕੀ ਮੂੰਗੀ ਸਾਰਾ ਕੁਝਾਂ ਸੇਰਾ ਲੱਗੀ ਪਈ ਆ ਲਓ ਜੀ ਲਓ ਗੂਰਾ ਦੀਆਂ ਵੇਲਾਂ ਵੀ ਆ ਗਈਆਂ ਹੈ ਤੇ ਲਓ ਭਰ ਕਹਿੰਦੇ ਸਾਹਮਣੇ ਕਹਿੰਦੇ ਉਹ ਕੀ ਹੈ ਕਹਿੰਦੇ ਤੂੰ ਤੂੰ ਇਹ ਤਾਂ ਨਹੀਂ ਹੁੰਦਾ ਹੈ ਹਨਾ ਇਹ ਮਸ਼ੀਨ ਦਾ ਇਤੋ ਪਤਾ ਲੱਗ ਜਾਂਦਾ ਲਓ ਵੀ ਮਿੱਤਰੋ ਪਹਿਲਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਆਪਾਂ ਮਸ਼ੀਨ ਤੇ ਟਰੈਕਟਰ ਕਰ ਦਈਏ ਬੰਦ ਤੇ ਆਹ ਵੀਊ ਕਰ ਦਈਏ ਮਿੱਤਰੋ ਲਓ ਜੀ ਕਹਿੰਦੇ ਇਹੋ ਜੀ ਹੁੰਦੀ ਆ ਵਾਹ ਜੀ ਵਾਹ ਕਹਿੰਦੇ ਇਤੋਂ ਸਾਰੇ ਓੜੇ ਜੇ ਕਹਿੰਦੇ ਕਿੰਨੇ ਓੜੇ ਲਊਗੀ ਇਹ 1 2 3 4 4 4 8 ਓੜੇ ਲੈ ਕੇ ਜਾਊਗਾ ਕਹਿੰਦੇ ਇੱਕ ਜੀ ਠੀਕ ਹੈ ਤਾਂ ਇਧਰਲੇ ਪਾਸੇ ਲੱਗੂਗੀ ਬਾਈ ਫੇਰ ਲੱਗੂਗੀ ਲੱਗੂਗਾ ਟਰੈਕਟਰ ਆਪਣਾ ਠੀਕ ਹੈ ਇੱਥੇ ਲੈਂਕਾ ਲੂੰ ਕਈਆਂ ਪੈ ਜਾਣੀਆਂ ਤਾਂ ਮਸ਼ੀਨ ਦੇ ਟਾਇਰ ਅੱਡ ਹੈਗੇ ਇੱਕ ਚੀਜ਼ ਉਹਨੂੰ ਹੋਰ ਦੇਖੋਨੇ ਟਰਾਲੀ ਵੀ ਬਈ ਇੱਚੀ ਪੈ ਜੂਗੀ ਜਾਂ ਪਾਸੇ ਤੋਰਨੀ ਟਰਾਲੀ ਪਾਸੇ ਵੀ ਤੋਰ ਸਕਦੇ ਆ ਜੇ ਆਪਾਂ ਬਈ ਪਿੱਛੇ ਟਰਾਲੀ ਪਾਉਣੀਆਂ ਇਹਦੇ ਪਿੱਛੇ ਵੀ ਟਰਾਲੀ ਪਾ ਸਕਦੇ ਆ ਸਾਰੇ ਕੁਝ ਤਿਆਰ ਬੇ ਹੋਣਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਹੁਣ ਆਪਾਂ ਬਾਈ ਕੀ ਕਰ ਗਏ ਆਪਣੇ ਟਰੈਕਟਰ ਨੂੰ ਤੋੜ ਗਏ ਟਰੈਕਟਰ ਨੂੰ ਤੋੜ ਗਏ ਉਹ ਦੇਖੀ ਭਰਾਵਾ ਟਾਇਰ ਨਾ ਪੈਂਚਰ ਹੋ ਜੇ ਬਚ ਗਿਆ ਟਪਾਤਾ ਉਤੋਂ ਦੀ ਟਪਾਤਾ ਬਿੱਟਪਾਤਾ ਐ ਤਾਂ ਬੁਲਟ ਪ੍ਰੂਫ ਟਾਇਰ ਪਵਾਏ ਆਪਣੇ ਐ ਨਹੀਂ ਕਿ ਹੁੰਦਾ ਲਓ ਫਿਰ ਲਓ ਕਹਿੰਦੇ ਗੱਡੀ ਦੀ ਕਟਾਈ ਕੀਤੀ ਜਾਵੇ ਇਧਰੋਂ ਹੈ ਲਓ ਜੀ ਲਓ ਔਰ ਲਓ ਬਾਈ ਚੱਕੋ ਜੀ ਮਸ਼ੀਨ ਆਪਣੀ ਅਟੈਚ ਹੋ ਚੁੱਕੀ ਆ ਤੇ ਲਿਫਟ ਵਗੈਰਾ ਚੱਕੀ ਗਈ ਆ ਹੁਣ ਇਹ ਬਾਈ ਕੀ ਕਹਿੰਦੇ ਹੁੰਦੇ ਫੋਲਡ ਫੋਲਡ ਨਹੀਂ ਹੁੰਦੀ ਇਹ ਐਂ ਜਾਊਗੀ ਬਸ ਇਹ ਆਹ ਫੋਲਡ ਹੋ ਜਾਊਗਾ ਕਿਉਂਕਿ ਤਾਂ ਤਾਰਾਂ ਦੂਰਾਂ ਜਣਾੜੇ ਨਾ ਤਾਂ ਕਰਕੇ ਆਪਾਂ ਇਹ ਕਰ ਸਕਦੇ ਆ ਤੇ ਹੁਣ ਆਪਣੀ ਮਸ਼ੀਨ ਨੂੰ ਬਾਈ ਲੈ ਚੱਲ ਗਈ ਹੌਲੀ ਹੌਲੀ ਥੋੜਾ ਦੇਖ ਕੇ ਹੀ ਲੈ ਜਾਣਾ ਪਊਗਾ ਕਿਉਂਕਿ ਵੀ ਸਾਰੀ ਸੜਕ ਦੀ ਮਾਲਕਨ ਹੋ ਗਈ ਐ ਇਹ ਟਰ ਦਾ ਆਪਣਾ ਇੱਕ ਪਾਸੇ ਮਸ਼ੀਨ ਇੱਕ ਪਾਸੇ ਠੀਕ ਐ ਤੇ ਵੇਖੀ ਬਾਈ ਕਿਤੇ ਖਾਲੇ ਖੋਲੇ ਸਿੱਟ ਲਏ ਇੱਥੇ ਤਿਆਰ ਬੇ ਹੋਣਗੇ ਮਿੱਤਰੋ ਉੱਬ ਕਿੰਨੋ ਭਰਾਵਾ ਬੁਲੀ ਪੂਰੀ ਪੂਰੀ ਆ ਇਧਰ ਮਸ਼ੀਨ ਨਾ ਲੱਗ ਜੇ ਉਧਰੋਂ ਟਰੈਕਟਰ ਨਾ ਲੱਗ ਜੇ ਆ ਦੇਖੋ ਦੇਖੋ ਬਈ ਦੇਖੋ ਚੱਲ 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 ਪਹਿਲੇ ਜਿ ਘੜਨਾ ਪੈਣਾ ਦੇਖੋ ਬਈ ਪੂਰਾ ਪੂਰਾ ਡੱਬਦਾ ਸੰਦ ਸੇੜ ਆਪਣਾ ਸਾਰਾ ਲਓ ਜੀ ਲਓ ਕਹਿੰਦੇ ਸਿਰਾਂ ਗੱਲ ਬਾਤ ਹੈ ਆ ਦੀਏ ਕਹਿੰਦੇ ਅਗਲਾ ਗੇਅਰ ਚੱਕ ਬਈ ਅੱਕ ਦੂਜੇ ਚੱਕ ਲੈ ਨਹੀਂ ਠੀਕ ਹੈ ਰੈਨੀ ਵਾਈਡ ਵੀ ਹੈ ਨਹੀਂ ਆਪਾਂ ਸੈਟ ਦੇ ਸਕਾਂਗੇ ਜੀਨ ਦੇਣੀ ਹੋਵੇ ਤਾਂ ਅਗੇ ਖਾਲ ਜਨਾਦਾਰ ਗਏਗਾ ਆਪਾਂ ਨੂੰ ਬਾਹਰ ਸਾਈਡਾਂ ਮੰਗਣੀਆਂ ਪੈਣ ਬਈ ਸਾਨੂੰ ਸਾਈਡ ਦੇ ਦੋ ਸਾਈਡ ਦੇ ਦੋ ਉਹ ਕਰ ਲੈਣਾ ਉਹ ਜੀ ਲਓ ਬਈ ਲਓ ਕਹਿੰਦੇ ਆਹ ਵੀਊ ਕਰਕੇ ਦੇਖੀ ਆਪਾਂ ਆਹ ਦੇਖੋ ਬਈ ਨਾਲ ਕੀ ਕੁਝ ਪੁਰਿਆ ਆਉਂਦਾ ਹੈ ਲਓ ਜੀ ਮੋੜ ਦਿੱਤੀ ਜਾਵੇ ਮੋੜ ਦਿੱਤੀ ਜਾਵੇ ਮੁੜ ਜੂ ਤਾਂ ਦੀ ਯਾਰ ਮੁੜ ਜੂ ਮੇਰੇ ਹਿਸਾਬ ਨਾਲ ਤਾਂ ਚਲੋ ਕੋਈ ਚੱਕਰ ਨਹੀਂ ਬੋਰਡ ਬਾੜ ਜੇ ਹੈਗੇ ਥੋੜੇ ਬਹੁਤ ਟੁੱਟ ਜਾਣਗੇ ਤਾਂ ਬਰੀ ਵੀ ਫੇਰੀ ਵੀ ਕੋਈ ਗੱਲ ਨਹੀਂ ਵੈਰੀ ਗੁੱਡ ਕਹਿਣ ਲੱਗਾ ਮੈਂ ਫੇਰੀ ਵੀ ਕੋਈ ਗੱਲ ਨਹੀਂ ਲਓ ਜੀ ਲਓ ਬੋਰਡ ਤੋੜਤਾ ਇਹ ਬਾਈ ਲੋਕਾਂ ਦੇ ਬਾਹਣਾ ਵਿੱਚ ਦੀ ਵਾਰ ਦੇ ਹੋਏ ਇਹ ਮਸ਼ੀਨ ਅੱਧੀ ਖਾਲ ਚੱਦੀ ਸੜਕ ਤੇ ਐਦਾਂ ਟਰੈਕਟਰ ਛੜਕਦੇ ਅੱਧੀ ਮਸ਼ੀਨ ਛੜਕ ਤੇ ਸਮਝੋ ਬਾਹਰ ਹੈ ਅੱਗਾ ਜਾ ਗਿਆ ਸੀ ਓਏ ਅੱਗਾ ਚੱਕ ਕੇ ਦੇਖੀਏ ਰੇ ਦਿਨ ਆਪਾਂ ਅੱਗਾ ਚੱਕਣ ਦੀ ਗੱਲ ਯਾਦ ਆ ਗਈ ਜਨੇ ਹੈ ਇਹ ਹੁਣ ਦੇਖਿਓ ਉਹ ਬੱਲੇ ਬਾਈ ਬੱਲੇ 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 ਆ ਵੀ ਕਰੰਦੋ ਅੜ ਜੋੜ ਜੋ ਪਹਿਲਾ ਗੀਅਰ ਪਾਈ ਗਏ ਆ ਲਾਸਟ ਆ ਰਿਹਾ ਵੀ ਮਸ਼ੀਨਾਂ ਤੋੜ ਲਗੇ ਆਪਾਂ ਇੱਕ ਕਰੀ ਗਜ ਕਾਵਾ ਬਾਕੀ ਵਾਂਚ ਚ ਕਾਵਾ ਇਹਦੇ ਅੱਗੇ ਠੀਕ ਹੈ ਹੁਣ ਦੇਖਿਓ ਉਹ ਥੋਡੀ ਓਏ ਵਾਂਚੀ ਵੜ ਗਿਆ ਸੀ ਨਾ ਯਾਰ ਨਾ ਗਲਤ ਕਰੀ ਜਾਨੇ ਆਪਾਂ ਕੰਮ ਇਹ ਲੈ ਗਈ ਗਈ ਖਾਲ ਚ ਇਹ ਮਨ ਲੋਈ ਕਿਤੇ ਵੀ ਵੱਢ ਸਾ ਦਿਆ ਉਹ ਵੇਖੋ ਬਈ ਵੇਖੋ ਟਰੈਕਟਰ ਦਾ ਟਰੈਕਟਰ ਦਾ ਗਾ ਵੈਰੀ ਗੁੱਡ ਉਹ ਵੈਰੀ ਗੁੱਡ ਬਈ ਇੱਕ ਟਾਇਰ ਚ ਅੱਗ ਆ ਗਿਆ ਕਹਿੰਦੇ ਚਲੋ ਕੋਈ ਚੱਕਰ ਨਹੀਂ ਬਾਕੀ ਬਈ ਜੀ ਨੇ ਉਹ ਥੋਡੀ ਓਏ ਇੱਕ ਹੁਣ ਦੇਖਿਓ ਆਹਾ ਵੈਰੀ ਗੁੱਡ ਵੈਰੀ ਗੁੱਡ ਬਾਕੀ ਭਾਈ ਜਿਨੇ ਮੱਕੀ-ਮੁੱਕੀ ਬਣਾਉਣੀ ਹੋਈ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਮਮਾ ਮਾਕੇ ਬੋਚਾਂਗੇ ਬਾ ਸੜਕਾਂ ਛੋੜੀਆਂ ਚੌੜੀਆਂ ਹੋਣ ਛੋੜੀਆਂ ਠੀਕ ਹੈ ਫੇਰ ਗੱਲ ਬਣੂਗੀ ਕੋਈ ਨਾ ਕੋਈ ਲਓ ਭਾਈ ਲੋਖੇ ਚ ਧਿਗੇ ਕਰਾ ਲੈ ਵੀ ਲੈ ਅੱਜ ਨਹੀਂ ਮੇਰੇ ਹਿਸਾਬ ਨਾਲ ਇਸਰੇ ਜਾਂਦੀ ਜਿਹੜੇ ਹਿਸਾਬ ਨਾਲ ਆਪਾਂ ਚਲਾ ਰਹੇ ਹਾਂ ਨਾ ਮਿੱਤਰੋ ਇਹ ਹਿਸਾਬ ਨਾਲ ਕੰਮ ਖਰਾਬ ਹੈ ਬਸ ਕਿਰਮਾ ਕਿਲਾ ਬਾਣਾ ਬਯੂ ਵੀਡ ਨੂੰ ਦਿਖਾਵਾਂਗੇ ਜਿਹੜਾ ਆਪਣਾ ਨਹਿਰੋਂ ਪਾਰ ਬੰਗਲੇ ਵਾਲਾ ਸੀ ਜਿੱਥੇ ਆਪਾਂ ਕਣਕ ਵੱਢੀ ਸੀ ਕੰਪੈਨ ਖਰਾਬ ਹੋਈ ਸੀ ਆਪਣੇ ਟਰੈਕਟਰ ਨਹੀਂ ਚੜਦੇ ਸੀਗੇ ਠੀਕ ਹੈ ਤਿੰਨ ਤਿੰਨ ਟਰੈਕਟਰ ਪਾਏ ਸੀਗੇ ਉੱਥੇ ਫੇਰ ਤਿਆਰਬੇ ਹੋਣਗੇ ਬਈ ਐਦ ਕੀ ਹੈ ਐਦ ਕੀ ਮੱਕੀ ਦੇ ਤਿਆਰਬੇ ਹੋਣਗੇ ਫਿਰ ਝੋਨੇ ਦੇ ਹੋਣਗੇ ਸਭ ਤਿਆਰਬੇ ਹੀ ਹੋਈ ਜਾਣੇ ਬਸ ਉੱਥੇ ਬਣੇ ਰਿਓ ਬਸ ਤੁਸੀਂ ਇਸੇ ਤਰ੍ਹਾਂ ਹੀ ਠੀਕ ਹੈ ਤੇ ਸਾਹਮਣੇ ਆ ਚੁੱਕਿਆ ਬਈ ਆਪਣਾ ਘਰ ਤੇ ਵਿਊ ਕਰਦਗੇ ਚੇਂਜ ਲਓ ਬਈ ਹੁਣ ਠੀਕ ਹੈ ਇਹ ਬਈ ਵੱਧ ਭਜਾਉਨੇ ਆ ਨਾ ਟਰੈਕਟਰ ਹੋਰ ਹੁੰ ਜੇ ਕਰਦਾ ਵਾਜਾਂ ਵੀ ਹੋ ਰਹੀਆਂ ਕੱਢਦਾ ਇਹ ਲਓ ਬਈ ਆਹ ਦੇਖੋ ਤੁਸੀਂ ਡਰੋਨ ਸ਼ਾਟ ਹੈ ਲੈ ਬਈ ਲੈ ਮੈਂ ਤਰਾ ਐਂਛੇ ਥੋੜਾ ਜਾਂ ਫੇਰ ਏਰੀਆ ਭੀੜਾ ਆ ਗਿਆ ਕਰੋ ਚੈੱਕ ਹੈ ਦੇਖੀਓ ਭਰਾਵਾ ਹੋਰ ਹੀ ਕੁਝ ਹੋ ਜੇ ਕਿਤੇ ਲਓ ਬਈ ਦੂਜੇ ਗੀਰ ਚ ਆਏ ਆਪਾਂ ਸਾਰੇ ਰਾਹ ਹੈ ਬਹੁਤ ਸਲੋਲੀ ਸਲੋਲੀ ਬਈ ਅੰਦਰ ਦਾ ਵਟ ਨਹੀਂ ਨਹੀਂ ਹੋਣੇ ਆਪਣਾ ਗੇਟ ਭੀੜਾ ਕਰਦਾ ਹਨ ਗੇਟ ਵੀ ਇੱਕ ਯਾਰ ਵੱਡੇ ਲਵਾਉਣੇ ਪੈਣਗੇ ਆਪਾਂ ਨੂੰ ਇਹ ਵੀ ਕਰਦੇ ਆ ਮਿਸਤਰੀ ਨਾਲ ਗੱਲ ਜਿਹੜਾ ਆਪਣਾ ਆਪ ਆ ਕੇ ਗਿਆ ਨਾ ਭਰਾਂਡੇ ਜੀ ਤੇ ਪਰ ਇਹ ਜਿਹੜਾ ਮੱਕੀ ਵਾਲਾ ਛੱਡ ਜਾ ਬਣਾਇਆ ਆਪਾਂ ਹੁਣ ਉਹਦੇ ਨਾਲ ਕਰਦੇ ਆ ਗੱਲ ਗੇਟ ਗੁੱਲਾ ਕਰਾਈ ਗਿਆ ਆਪਾਂ ਯਾਰ ਲਓ ਬਈ ਇਹ ਲੋਡ ਹੀ ਨਹੀਂ ਵੱਢ ਰਹੀ ਇਹਨੂੰ ਬਾਹਰ ਹੀ ਢਾਲ ਦੇਣਾ ਸੈਨੇਟਰ ਇਸੇ ਤਰ੍ਹਾਂ ਹੀ ਹੈ ਨਾ ਚਲੋ ਲਓ ਬਈ ਲੈ ਆਂਦੀ ਆਪਾਂ ਮਸ਼ੀਨ ਘਰੇ ਤੇ ਹੁਣ ਆਪਾਂ ਬਈ ਅਗਲੀ ਵੀਡੀਓ ਚ ਚੱਲਾਂਗੇ ਤੇ ਖੇਤ ਤੇ ਵੜਾਂਗੇ ਮੱਕੀ ਆਪਣੀ ਤੇ ਉੱਥੇ ਦੇਖਾਂਗੇ ਬਈ ਕੀ ਕੀ ਪੈਂਤਰੇ ਹੁੰਦੇ ਆ ਇੱਥੇ ਟਰਾਲੀਆਂ ਆਪਾਂ ਅਨਲੋਡ ਕਰਾਂਗੇ ਆਕੇ ਏ ਵੀ ਮੇਰੇ ਸਾਹ ਨਾਲ ਆਪਾਂ ਨੂੰ ਵੱਡਾ ਕਰਨਾ ਪਊਗਾ ਸਿਸਟਮ ਜਾਂ ਉਹ ਵੀ ਬਗਲਾ ਨੇ ਮੌਕੇ ਤੇ ਕੀ ਬਣਦਾ ਕਿਰਾਂ ਆਪਾਂ ਛੋਟੇ ਲਾਏ ਕਿਉਂਕਿ ਜਿਆਦਾ ਥਾਂ ਘੇਰਦੇ ਸੀ ਨਾ ਆਪਣੇ ਕੋ ਥਾਂ ਵੀ ਥੋੜਾ ਜਿਆ ਛਾਬਦਾ ਹੀ ਹੈ ਮਿੱਤਰੋ ਲੋਬੇ ਕਹਿੰਦੇ ਆਪਾਂ ਪਹੁੰਚ ਚੁੱਕੇ ਆ ਮਿੱਤਰੋ ਇੱਥੇ ਜਿ세 ਆਪਾਂ ਆਉਣਾ ਸੀ ਤੇ ਐਸੀ ਭਈ ਅੱਜ ਦੀ ਵੀਡੀਓ ਮਿਲ ਜੇ ਤੁਹਾਨੂੰ ਅਗਲੀ ਵੀਡੀਓ ਚ ਓਕੇ ਬਾਏ ਸੀ ਯੂ ਸੂਨ